ਕੁਛ ਨਹੀਂ ਜੀ, ਲੋਕਤੰਤਰ ਦੇ ਵਿੱਚ ਸਭ ਤੋਂ ਖੂਬਸੂਰਤੀ ਇਹ ਹੈ ਕਿ ਆਪਦੇ ਮੰਗਾਂ ਵਾਸਤੇ ਕੋਈ ਵੀ ਪ੍ਰਦਰਸ਼ਨ ਕਰ ਸਕਦਾ। ਅੱਜ ਭਾਰਤੀ ਜਨਤਾ ਪਾਰਟੀ ਬਠਿੰਡਾ ਸ਼ਹਿਰੀ ਦੇ ਦਫ਼ਤਰ ਦੇ ਮੂਹਰੇ ਕਾਂਗਰਸੀਆਂ ਨੇ ਪ੍ਰਦਰਸ਼ਨ ਕੀਤਾ। ਅਸੀਂ ਇਹਨਾਂ ਨੂੰ ਪਾਣੀ ਦੇ ਕੇ ਇਹਨਾਂ ਦਾ ਸਵਾਗਤ ਕੀਤਾ। ਉਹਦਾ ਰੀਜ਼ਨ ਕੀ ਹੈ? ਕਿਉਂਕਿ ਕਾਂਗਰਸੀਆਂ ਦਾ ਜਿਹੜਾ ਕੰਮ ਹੈ ਉਹ ਲਾਠੀਚਾਰਜ ਕਰਨਾ ਆਪਦੀਆਂ ਮੰਗਾਂ ਵਾਸਤੇ। ਲੋਕਤੰਤਰ ਦਾ ਸਹੀ ਕਾਨ ਇੰਦਰਾ ਗਾਂਧੀ ਨੇ ਕੀਤਾ ਸੀਗਾ 75 ਦੇ ਵਿੱਚ ਐਮਰਜੈਂਸੀ ਲਾ ਕੇ। ਪੰਜਾਬ ਦੇ ਅੰਦਰ ਵੀ ਜਦੋਂ ਦੇਖੋ ਕਾਂਗਰਸ ਦੀ ਸਰਕਾਰ ਸੀ, ਟਾਈਮ ਟੂ ਟਾਈਮ ਇਹਨਾਂ ਨੇ ਹਮੇਸ਼ਾ ਹੀ ਲੋਕਤੰਤਰੀ ਆਵਾਜ਼ ਘੋਟੀ ਹੈ। ਅਸੀਂ ਇਹਨਾਂ ਦਾ ਸਵਾਗਤ ਕੀਤਾ ਆਪਦੇ ਹੱਕਾਂ ਵਾਸਤੇ, ਮੰਗਾਂ ਮਨਾਉਣ ਵਾਸਤੇ। ਲੋਕਤੰਤਰ ਦੇ ਵਿੱਚ ਪ੍ਰਦਰਸ਼ਨ ਜ਼ਰੂਰੀ ਹੈ, ਪ੍ਰਦਰਸ਼ਨ ਕਰ ਰਹੇ ਹਾਂ ਜੀ ਇਹਨਾਂ ਨੂੰ। ਮੈਂ ਅਸੀਂ ਇਹੀ ਗੱਲ ਕਹਿ ਰਹੇ ਹਾਂ ਨਾ ਜੀ, ਕਿਸਾਨਾਂ ਦੇ ਹੱਕਾਂ ਦੇ ਵਿਸਤੇ ਜੇ ਕੋਈ ਗੱਲ ਕਰਨੀ ਹੈ ਤਾਂ ਜਾ ਕੇ ਇਹਨਾਂ ਦਾ ਸ਼ੀਰਸ਼ ਨੇਤ੍ਰਿਤਵ ਗੱਲ ਕਰ ਸਕਦਾ ਮੋਦੀ ਸਾਹਿਬ ਨਾਲ। ਪਰ ਆ ਕਿਸਾਨਾਂ ਦੇ ਨਾਂ 'ਤੇ ਰੋਟੀਆਂ ਸੇਕਣਾ, ਉਹਨਾਂ ਨੂੰ ਘਰੋਂ ਬੇਘਰ ਕਰਾਉਣਾ, ਇਹਨਾਂ ਦਾ ਕਾਂਗਰਸੀਆਂ ਦਾ ਪੁਰਾਣਾ ਕੰਮ ਹੈ। ਸਵਾਮੀਨਾਥਨ ਦੀ ਰਿਪੋਰਟ ਤਾਂ ਪਹਿਲਾਂ ਦੇ ਵੀ ਸੀ। ਮਨਮੋਹਨ ਸਿੰਘ ਜੀ ਆਪਦੇ ਆਪ ਨੂੰ ਅਰਥਸ਼ਾਸਤਰੀ ਕਹਿੰਦੇ ਸੀਗੇ, ਪਰ ਉਹ ਸੀਗੇ ਅਰਥਸ਼ਾਸਤਰੀ। 10 ਸਾਲ ਉਹਨਾਂ ਦੀ ਸਰਕਾਰ ਰਹੀ, ਮਨਮੋਹਨ ਸਿੰਘ ਨੇ ਉਦੋਂ ਕਿਉਂ ਨਹੀਂ ਸਵਾਮੀਨਾਥਨ ਰਿਪੋਰਟਸ ਜਾਰੀ ਕਰਤੀਆਂ? ਭਾਰਤੀ ਜਨਤਾ ਪਾਰਟੀ ਕਿਸਾਨਾਂ ਨਾਲ ਸੀ, ਕਿਸਾਨਾਂ ਨਾਲ ਹੈ, ਕਿਸਾਨਾਂ ਨਾਲ ਰਹੇਗੀ।